ਸੱਚਖੰਡ ਵਾਸੀ ਪੂਰਨ ਬ੍ਰह्म ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ ਅਤੇ ਸੱਚਖੰਡ ਵਾਸੀ ਪੂਰਨ ਬ੍ਰह्म ਗਿਆਨੀ ਸੰਤ ਬਾਬਾ ਸਰਦੂਲ ਸਿੰਘ ਜੀ ਪੈਰੋ ਮਾਜਰੇ ਵਾਲਿਆਂ ਦੀ ਮਿੱਠੀ ਅਤੇ ਪਵਿੱਤਰ ਯਾਦ ਨੂੰ ਸਮਰਪਿਤ 24ਵਾਂ ਮਹਾਨ ਗੁਰਮਤ ਸਮਾਗਮ ਸੇਂਤ ਬਾਬਾ ਅਮਰ ਸਿੰਘ ਜੀ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਸ਼੍ਰੀ ਦਸ਼ਮੇਸ਼ਗੜ੍ਹ ਸਾਹਿਬ ਪੈਰੋ ਮਾਜਰਾ ਨਜ਼ਦੀਕ ਚਮਕੌਰ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ 1 ਫਰਵਰੀ ਸਵੇਰੇ 9 ਵਜੇ ਆਰੰਭਤਾ ਸ਼੍ਰੀ ਅਖੰਡ ਪਾਠ ਸਾਹਿਬ ਉਪਰੰਤ ਨਗਰ ਕੀਰਤਨ ਗੁਰਦੁਆਰਾ ਜੰਗਗੜ੍ਹ ਸਾਹਿਬ ਪਿੰਡ ਪੈਰੋ ਮਾਜਰਾ ਵਿਖੇ ਪੜਾ ਅਤੇ ਢਾਡੀ ਦਰਬਾਰ ਸਜਣਗੇ 2 ਫਰਵਰੀ ਸਵੇਰੇ 11 ਵਜੇ ਤੋਂ ਰਾਤ ਸਮਾਪਤੀ ਤੱਕ ਮਹਾਨ ਸੰਤ ਸਮਾਗਮ 3 ਫਰਵਰੀ ਸਵੇਰੇ 10 ਵਜੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਤ ਸਮਾਪਤੀ ਤੱਕ ਦੀਵਾਨ ਸਜਣਗੇ ਜਿਸ ਵਿੱਚ ਗੁਰੂ ਘਰ ਤੋਂ ਵਰਸਾਏ ਮਹਾਪੁਰਸ਼ ਕੀਰਤਨੀ ਜਥੇ ਅਤੇ ਕਥਾਵਾਚਕ ਸੰਗਤਾਂ ਨੂੰ ਗੁਰੂ ਜਸ ਕਾਇਨ ਕਰ ਨਿਹਾਲ ਕਰਨਗੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਉੱਪਰ ਫੁੱਲਾਂ ਦੀ ਵਰਖਾ ਰਾਤ 10 ਵਜੇ ਦੇ 10 ਮਿੰਟ ਤੇ ਵੇਖਣ ਯੋਗ ਹੋਵੇਗੀ। ਅੰਮ੍ਰਿਤ ਸੰਚਾਰ 3 ਫਰਵਰੀ ਸਵੇਰੇ 10 ਵਜੇ ਕੀਤਾ ਜਾਵੇਗਾ ਅਤੇ ਮੈਡੀਕਲ ਚੈੱਕਅਪ ਕੈਂਪ ਲਗਾਈ ਜਾਣ ਕੇ ਗਤਕੇ ਦੀ ਸੇਵਾ ਗੁਰਦੁਆਰਾ ਹੈੱਡ ਦਰਬਾਰ ਟੀਬੀ ਸਾਹਿਬ ਰੋਪੜ ਵਾਲਿਆਂ ਵੱਲੋਂ ਨਿਭਾਈ ਜਾਵੇਗੀ। ਵਿੰਟੀ ਕਰਤਾ ਸੰਤ ਬੱਬਾ ਸੁਖਪਾਲ ਸਿੰਘ ਜੀ ਪਿੰਡ ਪੈਰੂ ਮਾਚਰਾ ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਇਸ ਮਗਮ ਦਾ ਸਿੱਧਾ ਪ੍ਰਸਾਰਣ 1 2 ਅਤੇ 3 ਫਰਵਰੀ ਨੂੰ ਕਰਤਾਰ ਟੀਵੀ ਤੇ ਕੀਤਾ ਜਾਵੇਗਾ